ਤਰਨਤਾਰਨ 'ਚ ਡੇਂਗੂ ਦਾ ਭਾਰੀ ਪ੍ਰਕੋਪ ਚੱਲ ਰਿਹਾ ਹੈ ਅਤੇ ਇੱਥੇ 100 ਤੋਂ ਵੱਧ ਦੇ ਡੇਂਗੂ ਦੇ ਮਰੀਜ਼ ਆਏ ਹਨ। ਲੇਕਿਨ ਤਰਨਤਾਰਨ ਦੇ ਸਿਵਲ ਹਸਪਤਾਲ 'ਚ ਡੇਂਗੂ ਵਾਰਡ ਤਾਂ ਬਣਾਉਣ ਦਾ ਦਾਅਵਾ ਕੀਤਾ ਹੈ, ਪਰ ਉੱਥੇ ਦੇ ਹਾਲਾਤ ਤਰਸਯੋਗ ਹਨ ਅਤੇ ਜੋ ਵਾਰਡ ਵੀ ਬਣਾਇਆ ਹੈ ਉੱਥੇ ਵੀ ਮੱਛਰ ਹੀ ਮੱਛਰ ਨਜ਼ਰ ਆ ਰਹੇ ਹਨ ਅਤੇ ਕੋਈ ਸਾਫ਼ ਸਫਾਈ ਨਹੀਂ ਹੈ। ਅਤੇ ਇਸ ਬਾਰੇ ਸਿਵਲ ਹਸਪਤਾਲ ਦੇ SMO ਰੋਹਿਤ ਮਹਿਤਾ ਦਾ ਕਹਿਣਾ ਹੈ ਕਿ ਡੇਂਗੂ ਤੋਂ ਪ੍ਰਭਾਵਿਤ ਮਰੀਜ਼ ਦਾਖਲ ਹਨ, ਪਰ ਜੋ ਪੂਰੇ ਜ਼ਿਲ੍ਹੇ ਦੇ ਅਧਿਕਾਰੀ ਡਾਕਟਰ ਐਜੇ ਧਵਨ ਦਾ ਕਹਿਣਾ ਕਿ ਕੋਈ ਮਰੀਜ਼ ਦਾਖਲ ਨਹੀਂ ਹੈ। ਦੇਖੋ, ਇੰਝ ਹੈਗਾ ਹੈ ਵੀ ਡੇਂਗੂ ਦਾ ਤਰਨਤਾਰਨ ਜ਼ਿਲ੍ਹੇ 'ਚ ਕੋਈ ਕਹਿਰ ਨਹੀਂ ਮੱਚਿਆ ਹੋਇਆ। ਪਿਛਲੇ ਸਾਲ ਨਾਲੋਂ ਇਸ ਸਾਲ ਕੇਸ ਬਹੁਤ ਘੱਟ ਨੇ। ਪਿਛਲੇ ਸਾਲ ਮਤਲਬ ਹੁਣ ਤੱਕ ਨਵੰਬਰ 'ਚ 84 ਦੇ ਆਸ ਪਾਸ ਪੋਜ਼ਿਟਿਵ ਕੇਸ ਜਿਹੜੇ ਰਿਪੋਰਟ ਹੋਏ ਸੀ। ਹੁਣ ਇਸ ਸਾਲ ਤੱਕ ਜੋ ਸਾਡੀ ਓਫੀਸ਼ੀਅਲ ਫਿਗਰ ਹੈ, ਮੈਂ ਕਿਉਂਕਿ ਜੋ ਵੀ ਗੱਲ ਕਰਾਂਗਾ ਆਈ ਵਿਲ ਟਾਕ ਓਨਲੀ ਅਬਾਊਟ ਓਫੀਸ਼ੀਅਲੀ, ਸਾਡੇ ਕੋਲ ਜੋ ਕੁਛ ਟੈਸਟ ਪੋਜ਼ਿਟਿਵ ਹੁੰਦੇ ਆ, ਸਾਡੇ ਕੋਲ 109 ਸ਼ੱਕੀ ਮਰੀਜ਼ ਸਾਰੇ ਤਰਨ ਤਰਨ ਜ਼ਿਲ੍ਹੇ 'ਚੋਂ ਹੁਣ ਤੱਕ ਆਏ ਆ, ਜਿਹਦੇ 'ਚੋਂ 45 ਪੋਜ਼ਿਟਿਵ ਨੇ। 45 ਦੇ ਵਿੱਚੋਂ ਜਿਹੜੇ 21 ਆ ਉਹ ਤਰਨ ਤਾਰਨ ਸ਼ਹਿਰ ਦੇ ਪੋਜ਼ਿਟਿਵ ਨੇ, 3 ਪੱਟੀ ਸ਼ਹਿਰ ਤੋਂ ਪੋਜ਼ਿਟਿਵ ਨੇ, ਅਤੇ ਬਾਕੀ 21 ਜਿਹੜੇ ਹੈਗੇ ਆ ਉਹ ਵੱਖਰੇ ਵੱਖਰੇ ਬਲਾਕਾਂ 'ਚ ਵੀ, ਜਿਵੇਂ 3 ਘਕਰਿਆਲੇ ਦੇ ਆ, 2 ਸੁਰ ਸਿੰਘ ਦੇ ਆ, 2 ਖੇਮਕਰਨ ਦੇ ਆ, 2 ਮੀਆਂਵਿੰਡ ਦੇ ਆ, ਇਸ ਤਰ੍ਹਾਂ 45 ਮਰੀਜ਼ ਨੇ। ਐਂਡ ਇਹਦੇ ਲਈ ਸਾਡੇ ਕੋਲ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਕੋਈ ਵੀ ਪਰਮਾਤਮਾ ਦੀ ਕਿਰਪਾ ਨਾਲ ਕੋਈ ਡੇਂਗੂ ਦੀ ਡੈਥ ਰਿਪੋਰਟ ਨਹੀਂ ਹੋਈ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ। ਅਤੇ ਜਿਹੜਾ ਵੀ ਸਾਡੇ ਕੋਲ ਕੁਛ ਪ੍ਰਾਈਵੇਟ ਹੋਸਪਿਟਲਸ ਵਾਲੇ, ਜਿਵੇਂ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹੋਸਪਿਟਲ ਆ, ਉੱਥੋਂ ਵੀ ਜਿਹੜੇ ਆਉਂਦੇ ਆ, ਸਾਰਿਆਂ ਨੂੰ ਹਦਾਇਤ ਇਹੋ ਹੀ ਹੈਗੀ ਆ ਵੀ ਜਿਹੜਾ ਵੀ ਕੇਸ ਕਨਫਰਮ ਕਰਨਾ ਹੈ ਉਹ ਦੈਟ ਹੈਜ਼ ਟੂ ਬੀ ਕਨਫਰਮ ਫਰੋਮ ਸੈਂਟੀਨਲ ਸਰਵੇਲੈਂਸ ਹੋਸਪਿਟਲ ਸਿਵਲ ਸਰਜਨ ਆਫਿਸ ਤਰਨ ਤਾਰਨ। ਸਾਡੇ ਕੋਲ ਬਕਾਇਦਾ ਇੱਥੇ IDSP ਲੈਬ ਆ, ਉੱਥੇ ਡੇਂਗੂ ਦਾ ਟੈਸਟ ਬਿਲਕੁਲ ਫਰੀ ਕੀਤਾ ਜਾਂਦਾ ਹੈ। ਜੇ ਪ੍ਰਾਈਵੇਟ ਟੈਸਟ ਅਗਰ ਕੋਈ ਪੋਜ਼ਿਟਿਵ ਕਹਿੰਦਾ ਹੈ ਕੋਈ RMP ਜਾਂ, ਅਸੀਂ ਉੱਤੇ ਬਿਲਕੁਲ ਯਕੀਨ ਨਹੀਂ ਕਰਦੇ। ਸਾਡੇ ਕੋਲ ਸਿਵਲ ਹਸਪਤਾਲ ਤਰਨ ਤਾਰਨ 'ਚ ਵੀ ਡੇਂਗੂ ਵਾਰਡ ਆ, ਲੇਕਿਨ ਕੋਈ ਅਜੇ ਪੇਸ਼ੈਂਟ ਮੇਰਾ ਖਿਆਲ ਹੁਣ ਇਸ ਵੇਲੇ ਉੱਥੇ ਦਾਖਲ ਨਹੀਂ ਹੈਗਾ। ਹਰ ਜਿਹੜੇ ਸਬ ਡਿਵੀਜ਼ਨਲ ਹੋਸਪਿਟਲ ਹੈ ਖਡੂਰ ਸਾਹਿਬ ਅਤੇ ਪੱਟੀ, ਉੱਥੇ ਵੀ ਡੇਂਗੂ ਵਾਰਡ ਨੇ, ਬਲਾਕਾਂ ਦੇ ਵਿੱਚ ਵੀ 4-4 ਬੈੱਡ ਜਿਹੜੇ ਅਸੀਂ ਮੱਛਰਦਾਨੀਆਂ ਵਾਲੇ ਜਿਹੜੇ ਆ ਉਹ ਲਗਾਏ ਹੋਏ ਆ ਵੀ ਕੋਈ ਅਗਰ ਪੇਸ਼ੈਂਟ ਉੱਥੇ ਦਾਖਲ ਹੁੰਦਾ ਹੈ ਤਾਂ ਉਹਦੇ ਜਿਹੜੀ ਉਚਿਤ ਟ੍ਰੀਟਮੈਂਟ ਆ। ਵਾਹਿਗੁਰੂ ਜੀ, ਡੇਂਗੂ ਦੀ ਹੈਗੀ ਸੀ ਸ਼ਿਕਾਇਤ, ਇਸ ਕਰਕੇ ਇੱਥੇ ਸਾਨੂੰ ਆਉਣਾ ਪਿਆ ਅਤੇ ਇੱਥੋਂ ਦੇ ਕੋਈ ਖਾਸ ਪ੍ਰਬੰਧ ਨਹੀਂ ਹੈਗੇ ਜੀ। ਕਿਸ ਤਰ੍ਹਾਂ ਖਾਸ ਨੇ, ਕੀ ਵੇਖਣ ਨੂੰ ਮਿਲਦੇ? ਵੇਖਣ ਨੂੰ ਵੇਖੋ ਜੀ, ਡੇਂਗੂ ਦਾ ਇਹਨਾਂ ਕਹਿਤਾ ਤਾਂ, ਪਰ ਇਹਦੇ ਵਿੱਚ ਵੇਖੋ ਨਾ ਕੋਈ ਬਾਰੀਆਂ ਹੈਗੀਆਂ, ਨਾ ਕੋਈ ਇੱਥੇ ਕੋਈ ਜਿੰਨੇ ਵੀ ਸੁਵਿਧਾ ਹੋਣੀ ਚਾਹੀਦੀ ਜਿੰਨੀ ਸਰਕਾਰ ਕਹਿੰਦੀ ਆ ਉਹ ਨਹੀਂ ਹੈਗੀ ਜੀ। ਹਾਂਜੀ, ਕਿਸ ਤਰ੍ਹਾਂ ਖਿਆਲ ਰੱਖਿਆ ਜਾਵੇ ਡਾਕਟਰਾਂ ਨੂੰ? ਡਾਕਟਰਾਂ ਨੂੰ ਇਹੋ ਚਾਹੀਦਾ ਵੀ ਵਧੀਆ ਤੋਂ ਵਧੀਆ ਜਿਹੜੀ ਸਾਫ਼ ਸੁਥਰੀ ਚੀਜ਼ ਹੋਵੇ, ਔਰ ਜਿੰਨਾ ਵੀ ਸਾਫ਼ ਸਫਾਈ ਦੇ ਧਿਆਨ ਦੇਣ। ਸਾਫ਼ ਸਫਾਈ ਤਾਂ ਇੱਥੇ ਨਹੀਂ, ਡੇਂਗੂ ਜਿੱਥੋਂ ਵੱਜਦੇ ਆ ਇਹ ਦੱਸਦੇ ਆ ਡੇਂਗੂ ਆ, ਪਰ ਡੇਂਗੂ ਆ ਤਾਂ ਇੱਥੇ ਖੋਜ ਹੈਗਾ ਵਾ, ਕਿੱਥੋਂ ਅਸੀਂ ਜਾ ਕੇ ਸਹੀ ਹੋ ਸਕਾਂਗੇ? ਅਤੇ ਛੱਤਾਂ ਦੇ ਵੇਖੋ, ਛੱਤਾਂ ਦਾ ਬੁਰਾ ਹਾਲ ਆ, ਖਤਰਾ ਆਮ ਡੰਗਰਾਂ ਦੀ ਤਰ੍ਹਾਂ ਇਹ ਕਮਰੇ ਬਣੇ ਹੋਏ ਆ, ਕੋਈ ਸਾਫ਼ ਸੁਥਰਾ ਜਗ੍ਹਾ ਨਹੀਂ ਹੈਗੀ, ਕੋਈ ਲੈਟਰਿੰਗ ਨਹੀਂ, ਕੋਈ ਮੁਲਾਜ਼ਮ ਨਹੀਂ ਰੱਖਿਆ, ਨਾ ਸਹੀ ਸਲਾਮ ਤੋਂ ਕੋਈ ਸੇਵਾ ਕਰ ਜਿਹੜਾ ਹੁੰਦਾ ਵਾ ਅੱਜ ਕੱਲ੍ਹ, ਦੇਖਭਾਲ ਸਹੀ ਨਹੀਂ। ਬਾਰੀਆਂ ਇੱਥੋਂ ਦੀਆਂ ਖੁੱਲੀਆਂ ਹੋਈਆਂ? ਬਾਰੀਆਂ ਖੁੱਲੀਆਂ ਜੀ, ਮੱਛਰ ਬਹੁਤ ਆਉਂਦਾ ਜੀ ਰਾਤ ਨੂੰ, ਪੱਖਾ ਛੱਡੇ, ਪੱਖੇ ਦੀ ਕੋਈ ਲਿਮਿਟ ਨਹੀਂ ਹੈਗੀ ਜੀ। ਮਰੀਜ਼ ਥੱਲੇ ਹੋਊਂਗਦਾ ਹੋਊਗਾ ਅਤੇ ਪੱਖਾ ਜੇ ਘੱਟ ਵੀ ਕਰੀਏ ਤਾਂ ਫੁੱਲ ਚੱਲਦਾ ਜੀ, ਪਤਾ ਨਹੀਂ ਕਿਹੜੇ ਵੇਲੇ ਡਿੱਗ ਪੈਣਾ ਜੀ ਉੱਤੋਂ। ਕਿਹੜਾ ਹਸਪਤਾਲ? ਇਹ ਤਰਨ ਤਾਰਨ ਸਿਵਲ ਹੋਸਪਿਟਲ ਸਰਕਾਰੀ ਜਿਹਨੂੰ ਕਹਿੰਦੇ ਨੇ, ਪਰ ਸਰਕਾਰਾਂ ਵਾਲੇ ਕੰਮ ਨਹੀਂ ਹੈਗੇ, ਦਵਾਈਆਂ ਬਾਹਰੋਂ ਦੂਜਾ ਤੀਜਾ ਲਿਖ ਦਿੰਦੇ, ਜਿਹੜੀ ਚੰਗੀ ਦਵਾਈ ਆਪ ਇਹਨਾਂ ਕੋਲ ਦਵਾਈ ਆਏ ਨਹੀਂ ਚਲਦੀ। ਡੇਂਗੂ ਦਵਾਈ ਬਾਹਰੋਂ ਲੈਣੀ ਪੈਂਦੀ? ਹਾਂਜੀ, ਕਈ ਕਿਸਮ ਦੀਆਂ ਚੀਜ਼ਾਂ ਦਵਾਈਆਂ ਜਿਹੜੀਆਂ ਲਿਆਉਣੀਆਂ ਪੈਂਦੀਆਂ। ਇੱਥੋਂ ਦੇ ਜਿਵੇਂ ਇੱਕ ਲਿਆਂਦੀ ਮਤਲਬ ਫਿਰ ਉਹ ਮਹਿੰਗੀ ਮਿਲੀ ਆ, ਇੱਥੋਂ ਨਹੀਂ ਹੈਗੀ। ਡਾਕਟਰ ਸਾਹਿਬ ਨੂੰ ਚੈੱਕਅਪ ਕਰਵਾਇਆ ਨਾ ਅਤੇ ਉਹਨਾਂ ਨੇ ਟੈਸਟ ਕੀਤਾ ਸੀ ਡੇਂਗੂ ਦਾ, ਅਤੇ ਫਿਰ ਉਹ ਕਹਿੰਦੇ ਕਿ ਤੁਸੀਂ ਕੱਲ੍ਹ ਹੀ ਆ ਕੇ ਇੱਥੇ ਐਡਮਿੰਟ ਹੋਵੋ ਅਤੇ ਇਹਦਾ ਪ੍ਰੋਪਰ ਇਲਾਜ ਜਿਹੜਾ ਸ਼ੁਰੂ ਕਰੀਏ। ਇਹ ਸੈੱਲ ਘਟੇ? ਸੈੱਲ ਥੋੜ੍ਹੇ ਠੀਕ ਹੈ, ਕਹਿ ਰਹੇ ਕੋਈ ਨਹੀਂ, ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਅਤੇ ਬਾਕੀ ਇਲਾਜ ਜਿਹੜਾ ਹੁਣ ਟੈਸਟ ਵਗੈਰਾ ਅੱਜ ਹੋਣੇ ਆ ਹੁਣ।
ਇੱਥੇ ਪੂਰੇ ਪ੍ਰਬੰਧ ਹੋਣੇ ਚਾਹੀਦੇ ਆ ਤਾਂ ਕਿ ਜਿਹੜਾ ਵੀ ਮਰੀਜ਼ ਆਵੇ ਉਹ ਬਿਲਕੁਲ ਹੀ ਤੰਦਰੁਸਤ ਹੋ ਕੇ ਆਪਣੇ ਘਰ ਜਾਵੇ, ਕਿਉਂਕਿ ਹਰ ਕੋਈ ਇਨਸਾਨ ਦੁਖੀ ਹੋਇਆ ਅਤੇ ਹਸਪਤਾਲਾਂ 'ਚ ਆਉਂਦਾ ਵਾ, ਉਹ ਇਹੀ ਚਾਹੁੰਦਾ ਕਿ ਮੈਂ ਬਿਲਕੁਲ ਠੀਕ ਠਾਕ ਹੋ ਕੇ ਅਤੇ ਆਪਣੇ ਪਰਿਵਾਰ ਵਿੱਚ ਮੁੜ ਦੁਬਾਰਾ ਉੱਥੇ ਜਾਵਾਂ। ਇਸ ਕਰਕੇ ਸਾਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਸਾਡੇ ਇੱਥੇ ਤਰਨ ਤਾਰਨ ਸ਼ਹਿਰ ਵਿੱਚ, ਤਾਂ ਕਿ ਸਾਰੇ ਬੱਚੇ, ਵੱਡਾ, ਬਜ਼ੁਰਗ, ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਹੋਵੇ ਉਹ ਇੱਥੇ ਦੁੱਖ ਸਹਿਣਾ ਨਾ ਪਵੇ, ਮਤਲਬ ਸਾਰੀਆਂ ਸਹੂਲਤਾਂ ਮਿਲਣ ਇੱਥੇ। ਇਹੋ ਜਿਹੀ ਜਾਗਤੀ ਲੈ ਲਈ। ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ।